ਨਹੀਂ ਅੱਜ ਜੋ ਇੰਨੀ ਸ਼ਾਨਦਾਰ ਵਿਕਟਰੀ ਹੋਈ ਹੈ ਸੈਂਟਰਲ ਕਾਉਂਸਲ ਜਿਹਨੂੰ ਮੇਰੀ ਨੇਤਾਜੀ ਮੁਬਾਰਕ ਪਿਛਲੇ 20 ਸਾਲ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਲੋਕਾਂ ਨੇ ਆਪਣਾ ਪਿਆਰ ਬਕਸਿਆਂ ਦੇ ਵਿੱਚ ਬੰਦ ਕਰਕੇ ਵੋਟ ਦੇ ਰੂਪ 'ਚ ਮੈਨੂੰ ਪਾ ਕੇ ਜੋ ਇੱਜ਼ਤ ਮਾਨ ਦਿੱਤਾ ਮੈਂ ਲੋਕਾਂ ਦਾ ਹਮੇਸ਼ਾ ਜੀ ਰਹਾਂਗਾ ਉਹ ਜਿਹੜੇ ਮੇਰੇ ਅਧੂਰੇ ਪ੍ਰੋਜੈਕਟ ਨੇ ਪ੍ਰੋਜੈਕਟ ਨੇ ਉਹਨਾਂ ਨੂੰ ਮੈਂ ਆਉਣ ਵਾਲੇ ਸਮੇਂ 'ਚ ਪੂਰਾ ਕਰਾਂਗਾ ਇਲਜ਼ਾਮ ਦਿਆਂ ਅੱਜ ਲੋਕ ਇਨਸਾਫ ਪਾਰਟੀ ਦੇ ਸਾਡੇ ਜਿਹੜੇ ਉਮੀਦਵਾਰ ਸਰ ਬਲਵਿੰਦਰ ਸਿੰਘ ਬੈਂਸ ਔਰ ਸਿਮਰਜੀਤ ਸਿੰਘ ਬੈਂਸ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਨੇ ਰਿਜ਼ਲਟ ਆਉਣ ਵਾਲੇ ਨੇ ਹੋਰ ਅੱਧੇ ਘੰਟੇ ਘੰਟੇ ਤੱਕ ਫਾਈਨਲ ਰਿਜ਼ਲਟ ਆ ਜਾਏਗਾ ਤਾਂ ਮੈਂ ਸਮਝਣਾ ਕਿ ਇਹ ਇਨਸਾਫ ਪਸੰਦ ਜੋ ਪਾਰਟੀ ਹੈ ਸਾਡੀ ਲੋਕ ਇਨਸਾਫ ਪਾਰਟੀ ਉਹਦੀ ਜਿੱਤ ਹੋਈ ਹੈ ਔਰ ਜਿਹੜਾ ਲੋਟੂ ਟੋਲਾ ਸੀ ਅਕਾਲੀ ਦਲ ਔਰ ਕਾਂਗਰਸ ਦੀ ਇਹਦੇ 'ਚ ਹਾਰ ਹੋਈ ਹੈ ਮੈਂ ਵਧਾਈ ਦਿੰਦਾ ਜਿੱਥੇ ਸਾਰੇ ਵੋਟਰਾਂ ਨੂੰ ਉਹਨਾਂ ਦਾ ਧੰਨਵਾਦ ਵੀ ਕਰਨਾ ਉੱਥੇ ਮੁਬਾਰਕ ਹੈ ਸਾਰੇ ਕੈਂਡੀਡੇਟਸ ਨੂੰ ਸਾਡੇ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਚਲੋ ਅਜੇ ਰਿਜ਼ਲਟ ਪੂਰੇ ਆ ਰਹੇ ਨੇ ਅੱਜ ਹੁਣੇ ਨਹੀਂ ਕੁਛ ਕਿਹਾ ਜਾ ਸਕਦਾ ਇੱਕ ਘੰਟਾ ਦੋ ਘੰਟੇ ਤੋਂ ਬਾਅਦ ਕਲੀਅਰ ਹੋ ਜਾਏਗੀ ਕਿਹਦੀ ਸਰਕਾਰ ਬਣ ਰਹੀ ਹੈ ਬਾਦਲ ਸਾਹਿਬ ਨੇ ਤਾਂ ਜੋ ਪਿਛਲੇ 10 ਸਾਲਾਂ 'ਚ ਕੀਤਾ ਉਹ ਉਹਨਾਂ ਨੂੰ ਪ੍ਰਾਪਤ ਹੋ ਗਿਆ ਉਹਨਾਂ ਨੂੰ ਜੋ ਉਹਨਾਂ ਦੇ ਹਾਲਾਤ ਬਣੇ ਨੇ ਪਾਰਟੀ ਦੇ ਮੇਰਾ ਖਿਆਲ 15-18 ਸੀਟਾਂ ਉਹਨਾਂ ਨੂੰ ਮਿਲਣੀਆਂ ਨੇ ਔਰ ਮੈਂ ਜੋ ਉਹਨਾਂ ਦਾ ਬੁਰਾ ਹਾਲ ਹੋਇਆ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਨਹੀਂ ਹੋਇਆ ਆਸੀਸਾਂ ਤੇ ਅਰਦਾਸਾਂ ਤੇ ਜਿੱਤ ਹੋਈ ਹੈ ਔਰ ਮੈਂ ਜਿੱਥੇ ਲੁਧਿਆਣੇ ਵਾਸੀਆਂ ਦਾ ਹਲਕਾ ਦੱਖਣੀ ਆਤਮਨਗਰ ਸਾਰੇ ਲੁਧਿਆਣੇ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦਾ ਉੱਥੇ ਇਸ ਗੱਲ ਦਾ ਭਰੋਸਾ ਦਿਵਾਉਣਾ ਕਿ ਜਿਸ ਆਸ ਨਾਲ ਜਿਸ ਉਮੀਦ ਨਾਲ ਤੁਸੀਂ ਇਹ ਜਿੱਤ ਬਖਸ਼ਿਸ਼ ਕੀਤੀ ਹੈ ਅਸੀਂ ਦੋਵੇਂ ਜਣੇ ਤੁਹਾਡੀ ਉਸ ਭਾਵਨਾ 'ਤੇ ਅਖੀਰਲੇ ਸਾਹ ਤੱਕ ਖਰੇ ਉਤਰਾਂਗੇ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਗੱਲ ਦਾ ਇੱਕ ਵਾਰੀ ਫਿਰ ਭਰੋਸਾ ਦਿਵਾਉਣਾ ਕਿ ਤੁਹਾਡੀ ਭਾਵਨਾ 'ਤੇ ਅਖੀਰਲੇ ਸਾਹ ਤੱਕ ਖਰੇ ਉਤਰਾਂਗੇ